ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੇਰਕਲਾਂ ਦੇ ਨਿਰਮਲ ਡੇਰਾ ਵਿਖੇ ਸੰਤ ਮਹਾਪੁਰਸ਼ ਬਾਬਾ ਬੇਅੰਤ ਸਿੰਘ ਜੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਸਮਾਗਮ ਅਤੇ 101 ਜ਼ਰੂਰਤਮੰਦ ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਬੈਠੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਜੀ, ਹਰ ਸਾਲ ਦੀ ਤਰ੍ਹਾਂ ਨਿਰਮਲ ਡੇਰਾ ਬੇਰਕਲਾਂ ਜ਼ਿਲ੍ਹਾ ਲੁਧਿਆਣਾ ਵਿਖੇ ਧਰਮ ਦੇ ਕਾਰਜ, ਲੋਕ ਭਲਾਈ ਦੇ ਕਾਰਜ ਸਤਿਗੁਰ ਮਹਾਂ ਦੀ ਕਿਰਪਾ ਨਾਲ ਹੋ ਰਹੇ ਨੇ। ਤਕਰੀਬਨ 1.5-2 ਮਹੀਨੇ ਸਮਾਗਮ ਚੱਲਦਾ ਜੀ, ਇਹ ਗੁਰਮਤਿ ਦਾ ਸਮਾਗਮ, ਕਥਾ ਕੀਰਤਨ, ਲੜੀਵਾਰ ਪਾਠ ਅਤੇ ਸ਼ੁੱਧ ਪਾਠ ਦੀ ਸੰਥਿਆ, ਦਸਤਾਰ ਮੁਕਾਬਲੇ, ਗੁਰਬਾਣੀ ਕੰਠ ਮੁਕਾਬਲੇ, ਗੱਤਕੇ ਦੇ ਮੁਕਾਬਲੇ, ਗੱਤਕੇ ਦੀ ਟ੍ਰੇਨਿੰਗ, ਹਰ ਤਰ੍ਹਾਂ ਫ੍ਰੀ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਜੀ, ਅੱਜ ਵੀ ਲੱਗ ਰਹੇ ਨੇ, ਅਤੇ ਸਾਰੇ ਤਰ੍ਹਾਂ ਬਿਮਾਰੀਆਂ ਦਾ ਅਲੱਗ ਕੈਂਪ ਲੱਗਦੇ ਨੇ ਜੀ, ਅੱਖਾਂ ਦਾ ਅਲੱਗ, ਖੂਨਦਾਨ ਕੈਂਪ ਅਲੱਗ, ਹੋਮਿਓਪੈਥ ਦਾ ਅਲੱਗ, ਹੱਡੀਆਂ ਵਾਲੇ, ਜੋੜਾਂ ਵਾਲੇ, ਦੰਦਾਂ ਵਾਲੇ, ਸਾਰ ਤਰ੍ਹਾਂ ਦੇ ਕੈਂਪ ਲਗਾਏ ਜੋ ਵੀ ਹੁਣ ਲੱਗੇ ਹੋਏ ਨੇ ਜੀ। ਉਹ 'ਚ ਕੋਈ ਪੈਸਾ ਨਹੀਂ, ਕੋਈ ਫੀਸ, ਕੋਈ ਪਰਚੀ ਨਹੀਂ ਹੁੰਦੀ। ਉਹਨੂੰ ਅੱਜ ਚੈੱਕਅਪ ਕਰਕੇ ਉਹਨਾਂ ਨੂੰ ਟਾਈਮ ਦਿੱਤਾ ਜਾਣਾ ਵੀ ਤੁਹਾਡਾ ਕਿਹੜੇ ਦਿਨ ਕਿਸ ਹਸਪਤਾਲ 'ਚ ਆਪਰੇਸ਼ਨ ਹੋਵੇਗਾ। ਪੇਟ ਦੀਆਂ ਜਨਰਲ ਬਿਮਾਰੀਆਂ ਦੇ ਆਪਰੇਸ਼ਨ, ਦੂਰਬੀਨ ਸਾਰੇ ਫ੍ਰੀ ਕਰਵਾਏ ਜਾਂਦੇ ਨੇ, ਬਿਨਾਂ ਟਾਂਕੇ ਵਾਲੇ, ਲੇਜ਼ਰ ਵਾਲੇ ਅੱਖਾਂ ਦੇ ਆਪਰੇਸ਼ਨ ਹੁੰਦੇ ਨੇ ਜੀ, ਅਤੇ ਹੋਰ ਵੀ ਬਹੁਤ ਤਰ੍ਹਾਂ ਦੇ ਕੈਂਪ ਲੱਗੇ ਹੋਏ ਨੇ। ਨਾਲ ਅੱਜ ਵਿਆਹ ਹੋ ਰਹੇ ਨੇ ਕਾਫੀ ਜੋੜਿਆਂ ਦੇ, ਤੋ ਜਿੰਨੇ 9 ਆ ਜਾਂਦੇ ਸਾਡੇ ਕੋਲ, ਫਿਰ ਉਹਨਾਂ ਦਾ ਅਰੇਂਜਮੈਂਟ ਕਰਕੇ ਉਹਨਾਂ ਨੂੰ ਨਾਲ ਜਿਹੜਾ ਲੋੜੀ ਦਾ ਸਮਾਨ ਹੈ ਜੋ ਘਰਾਂ 'ਚ ਜ਼ਰੂਰਤ ਹੈ ਉਹਨਾਂ ਨੂੰ, ਗਰੀਬ ਲੋਕਾਂ ਨੂੰ, ਉਹਨੇ ਸਿਰਫ ਲੋੜ ਪੂਰੀ ਕਰਨ ਵਾਸਤੇ ਦਿੱਤਾ ਜਾਂਦਾ, ਕੋਈ ਦਾਜ ਨਹੀਂ ਕਿਹਾ ਜਾ ਸਕਦਾ। ਸੋ ਨਾਲ ਉਹਨੂੰ ਵਧੀਆ ਆਪਣੇ ਸਟਾਲਾਂ ਲਾ ਕੇ, ਖਾਣ ਪੀਣ ਦਾ ਜਿੱਦਾਂ ਪੈਲਸਾਂ 'ਚ ਹੁੰਦਾ ਹੈ, ਵਧੀਆ ਢੰਗ ਨਾਲ ਬੈਂਡ ਵਾਜਾ ਵੀ ਆਪਣਾ ਕੀਤਾ ਹੁੰਦਾ, ਅਤੇ ਬਸ ਸਿਰਫ ਉਹਨੇ ਘਰੋਂ ਆ ਜਾਣਾ ਦੋਨਾਂ ਪਰਿਵਾਰਾਂ ਨੇ, ਅਤੇ ਉਦੋਂ ਫਿਰ ਆਨੰਦ ਕਾਰਜ ਇਕੱਠਿਆਂ ਦੇ ਕਰਾ ਕੇ ਉਹਨੂੰ ਗੁਰੂਆਂ ਦੀਆਂ ਖੁਸ਼ੀਆਂ ਮਿਲਦੀਆਂ ਨੇ, ਫਿਰ ਵਿਦਾ ਕੀਤਾ ਜਾਂਦਾ ਜੀ ਆਪਣੇ ਬੱਚਿਆਂ ਵਾਂਗ। ਇਹ ਹਰ ਸਾਲ ਸਤਿਗੁਰ ਸੇਵਾ ਲੈਂਦੇ ਨੇ, ਇਸ ਤਰ੍ਹਾਂ ਸਤਿਗੁਰਾਂ ਚਰਨ ਬੇਨਤੀ ਹੈ ਸਤਿਗੁਰ ਸੇਵਾ ਲੈਂਦੇ ਰਹਿਣ, ਇਸ ਤਰ੍ਹਾਂ ਜਿੰਨੀ ਜ਼ਿੰਦਗੀ ਹੈ ਗੁਰਮਤਿ ਦੇ ਧਾਰਨੀ ਹੋਣ ਦੇ, ਸਤਿਗੁਰ ਉਦਮ ਬਖਸ਼ਣ, ਬਾਣੀ ਬਾਣ ਦੀ ਦਾਤ ਬਖਸ਼ਣ, ਦੇਸ਼ ਵਿਦੇਸ਼ ਸਿੱਖੀ ਦੇ ਪ੍ਰਚਾਰ ਦੀ ਸੇਵਾ, ਲੰਗਰਾਂ ਦੀ ਸੇਵਾ, ਹੇਮਕੁੰਡ ਸਾਹਿਬ 5.5 ਮਹੀਨੇ ਹਰ ਸਾਲ ਨਿਭਾਉਣ ਦੀ ਸਤਿਗੁਰ ਜੀ ਸਾਤੋਂ ਸੇਵਾ ਲੈਂਦੇ ਨੇ, ਅਤੇ ਗੁਰੂ ਘਰਾਂ ਦੀ ਕਾਰ ਸੇਵਾ ਇਹ ਸਤਿਗੁਰ ਆਪ ਹੀ ਕਰਵਾ ਰਹੇ ਨੇ, ਸਮੂਹ ਪਰਿਵਾਰ 'ਤੇ ਸਾਡੇ ਹੱਥ ਰੱਖ ਕੇ ਸਤਿਗੁਰ ਸੇਵਾ ਲੈਂਦੇ ਰਹਿਣ। ਦੇਸ਼ ਵਿਦੇਸ਼ ਦੀਆਂ ਸੰਗਤਾਂ ਜੋ ਵੀ ਤਨ ਮਨ ਧਨ ਸਹਿਯੋਗ ਦਿੰਦੀਆਂ ਨੇ, ਉਹਨਾਂ ਸਾਰਿਆਂ ਦਾਸਾਂ ਵੱਲੋਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਹੈ ਜੀ, ਅਤੇ ਇਹਨਾਂ ਚੈਨਲਾਂ ਦਾ, ਪਾਸਟਵੇ ਦਾ ਬਹੁਤ ਧੰਨਵਾਦ, ਜਿਹੜੇ ਇਸ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਬੈਠੀਆਂ ਸੰਗਤਾਂ ਤੱਕ ਇਹ ਪ੍ਰੋਗਰਾਮ ਦੀ ਝਲਕ ਪਹੁੰਚਾਉਂਦੇ ਨੇ। ਇਹ ਸਾਰੀ ਟੀਮ ਦਾ ਵੀ ਧੰਨਵਾਦ, ਬੀਬਾ ਅੰਕਤ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹਨਾਂ ਨੂੰ ਭੇਜਿਆ, ਆਹ ਬੜੇ ਪਿਆਰ ਨਾਲ ਉਹਨਾਂ ਨੇ ਸਾਰੀ ਰਿਕਾਰਡਿੰਗ ਕਰਨ ਵਾਸਤੇ ਉਦਮ ਕੀਤਾ, ਬਹੁਤ ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਹੁਣ ਥੋੜ੍ਹੀ ਦੇਰ ਤੱਕ ਆਨੰਦ ਕਾਰਜ ਸ਼ੁਰੂ ਹੋ ਜਾਣਗੇ, ਕੁਝ ਜੋੜੇ ਆ ਗਏ ਨੇ, ਕੁਝ ਆਉਣ ਵਾਲੇ ਨੇ, ਉਸ ਤੋਂ ਬਾਅਦ ਉਹਨੂੰ ਵਿਦਾ ਕੀਤਾ ਜਾਵੇਗਾ ਲੰਗਰ ਪਾਣੀ ਛਕਾ ਕੇ। ਇਹ ਸਤਿਗੁਰੂ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਅੰਦਰ ਸਾਰੇ ਸਮਾਗਮ ਹੋ ਰਹੇ ਨੇ ਜੀ। ਸਤਿਗੁਰਾਂ ਕੇ ਸੇਵਾ ਲੈਂਦੇ ਰਹਿਣ ਜੀ। ਬਹੁਤ ਬਹੁਤ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਉਪਰੰਤ ਕੀਰਤਨੀ ਜਥਿਆਂ ਵੱਲੋਂ ਕਥਾ ਅਤੇ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸੰਤ ਬਾਬਾ ਡਾਕਟਰ ਸਿੰਘ ਜੀ ਅਥਵਾ ਹੋਵਾਈ ਸਾਹਿਬ
Thank you.
ਇਸ ਉਪਰੰਤ ਲਾਵਾਂ ਫੇਰਿਆਂ ਦੀ ਰਸਮ ਨੂੰ ਨਿਭਾਇਆ ਗਿਆ। ਇਸ ਉਪਰੰਤ ਸੰਤ ਬਾਬਾ ਬੇਅੰਤ ਸਿੰਘ ਜੀ ਵੱਲੋਂ ਆਈਆਂ ਸਮੂਹ ਸੰਗਤਾਂ ਦਾ, ਸਹਿਯੋਗੀ ਸੱਜਣਾਂ ਦਾ, ਇਲਾਕਾ ਨਿਵਾਸੀਆਂ ਦਾ
तहे दिल तो धन्यवाद किया गया। इस उपरंत परमात्मा जी दे चरणां विच समागम दी समाप्ति दे शुकराने दी अते नवे जोड़ियां दी सुख शांति लई परमात्मा जी दे चरणां विच अरदास बेनती कीती गई अते पवित्र दरगाही बाणी तो हुक्मनामा साहिब सरवण कीता गया। अंत विच बाबा बेअंत सिंह जी अते होरना महान शख्सियतां वल्लों नवे जोड़ियां नाल इक यादगारी तस्वीर खिंचवाई गई। वाहिगुरु जी का खालसा श्री वाहिगुरु जी की फतेह।